ਚੋਰ ਦੇ ਆ ਬੱਚਿਆ ਉਹ ਕੀਤਾ ਕੀ ਉਹ ਚੋਰ ਅਸੀਂ ਵੀ ਜ਼ਮਾਨੇ ਦੇ ਆ ਪਰ ਤੇਰਾ ਪਿਓ ਫਸਟ ਆਇਆ ਬਾਈ ਉਹ ਕੀ ਹੋਇਆ ਇਹਦੇ ਪਿਓ ਪਿੰਡ ਕੀਤੀ ਚੋਰੀ ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਬਹਾ ਕੇ ਅਗਲੇ ਪਿੰਡ ਭੇਜਿਆ ਉਸ ਖੋਤੀ ਦੇ ਬੱਚੇ ਉਹ ਖੋਤਾ ਵੀ 800 ਦਾ ਵੇਚ ਲਿਆ ਆ ਖੋਤੀ ਦੇ ਆ ਬੱਚਿਆ ਓ ਯਾਰ ਮਹਿੰਗਾ ਵੇਖਿਆ ਮਹਿੰਗਾ ਉਹ ਤੇਰੇ ਵਰਗੀ ਬਿੱਲੀ ਵੀ ਇੰਗਲੈਂਡ ਨੂੰ ਫੇਰ ਆਈ ਚਬਲ ਜਾਈ ਨਾ ਆ ਹੁਣ ਮੈਂ ਵੈਗਨ ਦੇ ਵਿੱਚ ਆ ਰਿਹਾ ਸਨ ਅੱਛਾ ਫੈਸ਼ਨ ਕੀਤਾ ਤੇ ਦੋ ਕੁੜੀਆਂ ਇਕੱਠੀਆਂ ਫਸਾਈਆਂ ਚੰਗਾ ਕੀਤਾ ਦੋ ਵਾਲੀ ਸੀਟ ਤੇ ਬੈਠੀਆਂ ਸਨ ਮੈਂ ਵਿੱਚ ਜਾ ਕੇ ਬਹਿ ਗਿਆ ਮੈਨੂੰ ਆਂਦੀਆਂ ਵੀ ਤੂੰ ਤੇ ਸਾਨੂੰ ਫਸਾ ਹੀ ਲਿਆ ਤੂੰ ਕਦੀ ਜ਼ਿੰਦਗੀ ਕੋ ਕੁੜੀ ਫਸਾਈ ਹੈ ਉਹ ਕਦੀ ਜ਼ਿੰਦਗੀ ਕੋ ਕੁੜੀ ਫਸਾਈ ਆ ਮੈਂ ਫਸਾ ਲੈਣੀ ਸੀ ਯਾਰ ਤੁਸੀਂ ਉੱਥੇ ਮਕਾਨ ਹੀ ਛੱਡ ਗਏ ਬੜਾ ਬੈੜੀ ਗੱਲ ਹੀ ਕਰੇਗਾ ਬੜਾ ਅਲਨ ਫਕੀਰ ਦੀ ਕੁਹਾੜੀ ਵਰਗਾ ਚੀਰ ਕੱਢਿਆ ਵੀ ਸੀ ਇਹਦਾ ਮੂੰਹ ਵੇਖੋ ਲੱਗਦਾ ਨਹੀਂ ਸਿੰਧੀ ਕੁਹਾੜੀ ਹੁੰਦੀ ਆ ਹੋਰ ਸੁਣਾ ਫਿਰ ਹਲਕਾ ਜਿਹਾ ਮੁੜ ਟੋਕੇ ਦੇ ਉੱਤੇ ਰੱਖ ਤੂੰ ਕੁਹਾੜੀ ਮੇਰੀ ਜਾਣਦਾ ਨਹੀਂ ਤੇ ਬੱਚਿਆਂ ਨੇ ਰਿਆਸ਼ ਵਿੱਚੇ ਰੱਖੀ ਆ ਚਵਲ ਜਾਈ ਨਾ ਤੇ ਤੈਨੂੰ ਕਿਸ ਇੰਗਲੈਂਡ ਭੇਜਿਆ ਤੇਰੇ ਨਾਲ ਹੀ ਗਿਆ ਹਾਂ ਚਵਲਾ ਤੇ ਇੰਗਲੈਂਡ ਕੋ ਸਿੱਖ ਕੇ ਵੀ ਆਇਆ ਅੰਗਰੇਜ਼ੀ ਆਉਂਦੀ ਅੰਗਰੇਜ਼ੀ ਕੋਈ ਮਤ ਸਿੱਖ ਲੈਣੀ ਆਉਂਦੀ ਅੰਗਰੇਜ਼ੀ ਬੰਦਾ ਜੋ ਇੱਥੇ ਖਲੋਤਾ ਹੋਵੇ ਉਹਨੂੰ ਆਖਣਾ ਵੀ ਉਹ ਰਿਆ ਤੇ ਕੀ ਆਖੀਦਾ ਕੰਮ ਹੈਰ ਤੇ ਜੇ ਉਹਦੇ ਬੁਲਾਣਾ ਹੋਵੇ ਤੇ ਉੱਧਰ ਜਾ ਕੇ ਕਹਿ ਦਿਓ ਕੰਮ ਹੈਰ ਇਹ ਬੜਾ ਕੋ ਮਸਲਾ ਦੱਸਿਆ ਜੀ ਮੈਂ ਤਾਂ ਇੰਗਲੈਂਡ ਜਾਣਾ ਹੀ ਨਹੀਂ ਮੈਂ ਆਪਣੇ ਪਾਕਿਸਤਾਨ 'ਚ ਰਿਹਾ ਕਰਨਾ ਯਾਰ ਉੱਥੇ ਬਾਥਰੂਮ 'ਚ ਲੋਟਾ ਹੀ ਨਹੀਂ ਹੁੰਦਾ ਟਿਸ਼ੂ ਖਿੱਚੋ ਲੱਗਦਾ ਫੈਕਸ ਆ ਗਈ ਆ ਉਹ ਪਹੁੰਚ ਜਾਂਦੀ ਓਏ ਉਹਨਾਂ ਮੁਲਕਾਂ ਦੇ ਵਿੱਚ ਲੋਟੇ ਨਹੀਂ ਹੁੰਦੇ ਕੀ ਹੁੰਦੇ ਬਾਥਰੂਮ 'ਚ ਸਾਰੀ ਕਾਗਜ਼ੀ ਕਾਰਵਾਈ ਹੁੰਦੀ ਹੈ ਉੱਤੋਂ ਅੱਲਾ ਮਾਫ ਕਰੇ ਐਡੇ ਨਿੱਕੇ ਬਾਥਰੂਮ ਬੰਦਾ ਟਹਿ ਵੀ ਪਵੇ ਮੁੜ ਕੇ ਲੋਤਾ ਇਹ ਗੱਲ ਮੈਨੂੰ ਦੱਸੀ ਸੀ ਲੁੱਟਣ ਮੀਟ ਹਲਾਲ ਵਾਲੇ ਨੇ ਉਹਨੇ ਕਿਹਾ ਚੌਂਕ ਮੈਂ ਇੱਕ ਵਾਰੀ ਬਾਥਰੂਮ 'ਚ ਵੜਿਆ ਅੱਗੇ ਇੱਕ ਨਿੱਕੀ ਜਿਹੀ ਚਿੱਟੀ ਜਿਹੀ ਮਸ਼ੀਨ ਲੱਗੀ ਹੋਈ ਮੈਂ ਥੱਲੇ ਹੱਥ ਕੀਤਾ ਸ਼ੁਰੂ ਹੋ ਗਏ ਮਨ ਨਸਿਆ ਮੈਂ ਕਿਹਾ ਮੇਰੀ ਸ਼ਲਵਾਰ 'ਚ ਨਾਲੇ ਨਾ ਛੇਕ ਚੰਗਾ ਕੀਤਾ ਆ ਗਿਆ ਹੁਣ ਇੱਥੇ ਚੋਰੀਆਂ ਕਰਨੀਆਂ ਬਸ ਮੇਰਾ ਜ਼ਿਹਨ ਬੜਾ ਸਾਡਾ ਕੰਮ ਮੈਨੂੰ ਇਹ ਦੱਸ ਮੇਰਾ ਜ਼ਿਹਨ ਬੜਾ ਤੇਜ਼ ਹੋ ਗਿਆ ਅੱਲਾ ਦੀ ਕਸਮ ਛੱਡਦੇ ਤੂੰ ਹੁਣ ਜੋ ਇਹ ਦੱਸ ਬਈ ਦੋ ਕਬੂਤਰ ਉੱਡ ਰਹੇ ਹੋਣ ਕਿਵੇਂ ਪਤਾ ਲੱਗੇਗਾ ਕਬੂਤਰੀ ਕਿਹੜੀ ਤੇ ਕਬੂਤਰ ਕਿਹੜਾ ਜਿਹੜਾ ਉੱਡਣ ਡਿਆ ਕਬੂਤਰ ਆ ਜਿਹੜੀ ਉੱਡਣ ਡਈ ਉਹ ਕਬੂਤਰੀ ਆ ਗਲਤ ਹੋ ਗਿਆ ਇਹ ਕਿਹੜੀ ਸਾਇੰਸ ਹੈ ਇਹ ਮੈਂ ਜਗਰਾਫੀਏ 'ਚ ਪੜਿਆ ਚਬਲ ਜਾਈ ਨਾ ਤੂੰ ਬੜਾ ਸਿਆਣਾ ਇਹ ਦੱਸ ਤਾਰ ਤੇ ਚਿੜੀ ਤੇ ਚਿੜਾ ਬੈਠਾ ਚਿੜਾ ਕਿਹੜਾ ਜਿਹਨੂੰ ਸਾਹ ਚੜਿਆ ਹੋਏ ਬੜੀ ਗੱਲ ਪੱਪੂ ਮੇਰਾ ਵਿਰਾਹ ਨਿੱਕਾ ਮੈਂ ਤੂੰ ਵੀ ਸ਼ਹਿਰ ਆ ਤੇ ਰਲ ਕੇ ਚੋਰੀ ਸੁਣਾ ਰਾਜ ਕੋ ਮਸਲਾ ਤਾਂ ਨਹੀਂ ਰਾਜ ਤਕਲੀਫ ਕੀ ਹੋਣੀ ਪਿੰਡੋਂ ਮੈਂ ਨਿਕਲਿਆ ਨਾ ਅੱਛਾ 7:30 ਵਜੇ ਮੈਂ ਕਿਹਾ ਨੌਕਰ ਨੂੰ ਮੈਂ ਲਾਰੀ ਅੱਡੇ ਲੈ ਜਾਵੀ ਉੱਥੋਂ ਗੱਡੀ ਨਿਕਲਦੀ ਹੈ ਉਹ ਲੈ ਗਏ ਮੈਨੂੰ 7:45 ਵਜੇ ਆ ਗੱਡੀ ਤੇ ਮੇਰਾ 15 ਮਿੰਟ ਦਾ ਫਰਕ ਪੈ ਗਿਆ ਗੱਡੀ ਅੱਗੇ ਮੈਂ ਪਿੱਛੇ ਵੱਜ ਕੇ ਆ ਯਾਦਗਾਰ ਚੌਂਕ ਤੱਕ ਬੈਠਾ ਆਇਆ ਉਹ ਤਾਂ ਮੈਂ ਕੰਡਕਟਰ ਨੂੰ ਪੁੱਛਿਆ ਮੈਂ ਕਿਹਾ ਬਾਜੀ ਯਾਦਗਾਰ ਚੌਂਕ ਕਿੱਥੇ ਕਹਿੰਦੇ ਇਹ ਹੋਈਏ ਮੈਂ ਉਹਨੂੰ ਕਿਰਾਇਆ ਦਿੱਤਾ ਇੱਥੇ ਆ ਗਿਆ ਚਬਲ ਜਾਨ ਦੀ ਆਇਆ ਤੂੰ ਵੱਜਦਾ ਹੈ ਹਾਂਜੀ ਤੇ ਬਾਸਰ ਨੂੰ ਕਿਰਾਇਆ ਕਿਉਂ ਦੇ ਆਇਆ ਆਏ ਤੇ ਗੱਡੀ ਦੇ ਨਾਲ ਹੀ ਆਏਗਾ ਬਾਈ ਅਸੀਂ ਇਨਸਾਫ ਪਸੰਦ ਲੋਕ ਹੈ ਆ ਪਿੰਡ ਮੇਰੇ ਵਿਰਾਹ ਨੇ ਨਾਈਆਂ ਦੀ ਕੁੜੀ ਕੱਢ ਲਈ ਮੈਂ ਆਖਾਂ ਨਾਈ ਉਹ ਕਿਵੇਂ ਮੁਕਦੀ ਏ ਮੈਨੂੰ ਆਦਿ ਚੌਰੀ ਸਾਹਿਬ ਮਾਫ਼ ਕੀਤਾ ਮੈਂ ਕਿਹਾ ਨਹੀਂ ਇੰਜ ਮਾਫ਼ੀ ਨਹੀਂ ਹੋਣੀ ਸਾਡੀ ਕਢਸੋ ਦਿਓ ਸੀ ਬੇਵਕੂਫਾ ਬਿਸਤੀ ਵਾਲੀ ਗੱਲ ਹੈ ਹਲਾ ਬੇਵਕੂਫਾ ਇੱਥੇ ਕੌਣ ਕੌਣ ਰਹਿੰਦਾ ਹੈ ਇੱਥੇ ਬੜੇ ਬੰਦੇ ਰਹਿੰਦੇ ਨੇ ਅਸੀਂ ਵੀ ਇੱਥੇ ਹੀ ਰਹਿਣਾ ਅੱਛਾ ਜੀ ਕੌਣ ਕੌਣ ਰਹਿੰਦਾ ਹੈ ਇਹ ਇੱਧਰ ਰਹਿੰਦਾ ਇੱਕ ਬਦਮਾਸ਼ ਉਹ ਤੇ ਰਹਿਣ ਦੇ ਨਾ ਹੋਰ ਕੌਣ ਰਹਿੰਦਾ ਹੈ ਨਾਲ ਦੇ ਕਮਰੇ 'ਚ ਇੱਕ ਗੁਲੂਕਾਰ ਹੈ ਉਹ ਤੇ ਰਹਿੰਦਾ ਨਾ ਹੋਰ ਕੌਣ ਰਹਿੰਦਾ ਹੈ ਇੱਧਰ ਗਵਿੰਦਰ ਸਾਹਿਬ ਦਾ ਕਮਰਾ ਹੈ ਉਹ ਤੇ ਰਹਿਣ ਦੇ ਨਾ ਹੋਰ ਕੌਣ ਰਹਿੰਦਾ ਹੈ ਇਹ ਮੇਰਾ ਕਮਰਾ ਹੈ ਹੋਰ ਕੌਣ ਰਹਿੰਦਾ ਹੈ ਇਸ ਕਮਰੇ 'ਚ ਇੱਕ ਕੁੜੀ ਰਹਿੰਦੀ ਫਿਲਮਾਂ 'ਚ ਕੰਮ ਕਰਦੀ ਆ ਉਹ ਤਾਂ ਪਹਿਲੇ ਦੱਸੀ ਦਾ ਹੁੰਦਾ ਹੈ ਜਿੱਥੇ ਦਿਹਾੜੀ ਲੱਗਣੀ ਉਹ ਤਾਂ ਦੱਸਦਾ ਹੀ ਨਹੀਂ ਪਿਆ ਉਹ ਮੈਮ ਬੜਾ ਵੱਡਾ ਗੁਲੂਕਾਰ ਇਹਦੀ ਤੁਸੀਂ ਆਵਾਜ਼ ਸੁਣ ਲਓ ਨਾ ਤੇ ਮੈਨੂੰ ਵੀ ਦੱਸਣਾ
अमरेशपुरी बनिया सी ठाकर अच्छा ठाकर दी भैन नू पांच छे बंदे चुक लगे भाई जी ऐसी बेगैरती वाली गल की अमरेशपुरी साहब बने ने ठाकर मैं समझ आ गई ठाकर बने ने यार ओनू इस गल का गुस्सा नहीं तू बंदे थोड़े दसन ने आ अच्छा नहीं नहीं बस चौड़ी मां ने दाई नू पैसे नहीं दिते वो जान लगे उंगले नी नसा तो भला कि जमे काले रंग दा छापर फड़िया मैं पूछा मैं भाई जी छापर च की है कहिंदा तू क्यों पूछणा तू मैनूं भैन देनी बैड़ी गल मैनूं गुस्सा चढ़ गया मैं फिर पूछा मैं कहा की है छापर च कहिंदा तू क्यों पूछणा तू मैनूं भैन देनी ਕਿਹੜੀ ਮਾੜੀ ਗੱਲ ਹੈ ਮੇਰਾ ਮੀਟਰ ਫਿਰ ਗਿਆ ਮੈਂ ਕਿਹਾ ਦੱਸ ਕੀ ਹੈ ਛਾਪਰ ਚ ਕਹਿੰਦਾ ਤੂੰ ਕਿਉਂ ਪੁੱਛਣਾ ਤੂੰ ਮੈਨੂੰ ਭੈਣ ਦੇਣੀ ਮੈਂ ਉਹਦਾ ਛਾਪਰ ਖੋ ਕੇ ਨਸ ਗਿਆ ਚੰਗਾ ਕੀਤਾ ਉਸ ਵਿੱਚ ਕੀ ਸੀ ਤੂੰ ਕਿਉਂ ਪੁੱਛਣਾ ਤੂੰ ਭੈਣ ਦੇਣੀ ਮੈਨੂੰ ਓਏ ਯਾਰ ਅੱਲਾ ਦਾ ਸ਼ੁਕਰ ਹੈ ਮੇਰੀ ਛਾਪਰ ਤੇ ਨਜ਼ਰ ਹੀ ਨਹੀਂ ਪਈ मरासी मरासी साले की करन डए होए मरासी जिंदगी दो बार नहा एक बार जिसले दुनिया से एक बार जिसले दुनिया तो जाता है अच्छा अच्छा ये आज तू सानू दस्या है की कि मरासी दो बार नहांदा है हां एक बार जिसले आंदा है हां या जिसले जांदा है सानू ये नॉलेज नहीं सी भाई तुसी मेरी गल नहीं समझे तुसी मेरी गल नहीं समझे मेरे कहन दा मकसद है कि एक बार जिसले दुनिया दे आउंदा यानी पैदा हुंदा हां जी ते जिसले जिस मरदा दुनिया तो उसले नहांदा दो बार नहांदा दो बार नहांदा एक बार जिसले आउंदा हां या जिसले जांदा है हां यार मेरा ख्याल है मैं ही कोई गलत गल करन आ परा हो जा साले नहीं नहीं तू मरासी दा पता कर ले जेड़ा दो टाइम आउंदा हां बेवक ना गुस्सा यार ना बदतमीजी कर यार बड़ा वड्डा गुल्लूकार अच्छा जी बड़ा वड्डा मैं ना यादगार ते बैठ के पैसे अच्छा जी गुल्लूकारी दे अल्लाह चार घंटे गाण दे दस रुपये लेंदे इधर हो जा सब्जी वालिया इधर आ जा चावल जा ए देखो ए जाहल पेंडू अपनी कुकड़ी नु चाबी वाला टीका लवा के ओदे अंडे बंद करा बैठा है हो जांदी गलती बंदे को हो जांदी इस बंदे दे बारे एडी जर्नल नॉलेज हां ए तू घर नहीं जांदे तू एदे मगर फिरदा रहना आहो ओ सारी दुनिया तेरे घर जांदी तू नहीं जांदा हां नहीं परा हो जा तू असि भी इत्थे रहना ही किथे रहना है इत्थे ओ भाई जी भाई तेरे सीने ते मूंग डलांगे ठीक है मेरे फ्रेंड कोई चीज चाहिए होगी मैनु दस देना बड़ा कस के बूट पाए ने तेरी भैन नस गई मगर चलिया खुली जुती पाई है वापस आ गई चोरी ने खुशा पाया सबर कर नहीं, नहीं मेरे लाउंदियां ने सर तुसी रहना दोवां ने मेरे कमरे यार छड्ड इस गल चोरी टका के करनी है तो मेरे पैसे मिल देने तू मैनूं ये दस ये जेड़ा तेरा मालिक है हां जी ई ना इसदा चौधरी गोंदल साहब गोंदल आ गोंदल ए एदे कोल भी को माल मट्टी है एदे को तो सारा रुपया सारे कमरे किराए ते जड़े ने माल मकान ओही आ अच्छा जी एको दा 5000 जल्ला गया अच्छा ओदे को बचना तुसी मेरे कमरे च रहना मैं दसा मेरी गल सुनो तुहाडा प्रॉपर्टी दा काम है ठीक है हां कहंगे जुत्तियां बनाउंदे नहीं नहीं असि कहंगे असि इंपोर्ट एक्सपोर्ट करने हां जी खुसरे भेज के सऊदीया तो टेपा मंगाउंदे ए कहंगे
ਚਬਲ ਜਾਈ ਨਾ ਚਲੋ ਆਓ ਮੇਰੇ ਨਾਲ ਚਲੋ ਗੋਂਦਲ ਸਾਹਿਬ ਕਿੱਥੇ ਰਹਿੰਦੇ ਕਮਰੇ 'ਚ ਰਹਿੰਦੇ ਇੱਥੇ ਰਹਿੰਦੇ ਅੱਛਾ ਇਹ ਪੈਸੇ ਲੱਭ ਜਾ ਸਨ ਇੱਥੇ ਪੈਸੇ ਲੱਭ ਜਾ ਬੇਫਿਕਰ ਹੋ ਜਾ